ਪੰਜਾਬੀਆਂ ਦੇ ਖਾਣ ਪੀਣ ਦੀਆਂ ਗੱਲਾਂ ਦੂਰ ਦੁਰਾਡੇ ਤੱਕ ਮਸ਼ਹੂਰ ਨੇ ਅਤੇ ਇਸੇ ਗੱਲ ਦੇ ਨਾਲ ਦਾ ਇਹ ਆਉਣ ਵਾਲੀ ਪੰਜਾਬੀ ਫਿਲਮ ਦਾ ਟਾਈਟਲ ਜਿਸ ਦਾ ਨਾਮ ਹੈ ਖਾਓ ਪੀਓ ਐਸ਼ ਕਰੋ। ਦੱਸ ਦਈਏ ਇਹ ਇੱਕ ਮਲਟੀ ਸਟਾਰ ਕਾਸਟ ਫਿਲਮ ਹੈ ਜਿਸ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨੇ ਤਰਸੇਮ ਜੱਸੜ, ਜੈਸਮੀਨ ਬਾਜਵਾ, ਰਣਜੀਤ ਬਾਵਾ, ਅਦਿੱਤੀ ਆਰਿਆ, ਗੁਰਬਾਜ ਸਿੰਘ ਅਤੇ ਪ੍ਰਭ ਗਰੇਵਾਲ। ਬ੍ਰਦਰਹੁੱਡ ਪ੍ਰੋਡਕਸ਼ਨ ਇਸ ਫਿਲਮ ਨੂੰ ਪੇਸ਼ ਕਰ ਰਹੇ ਨੇ ਅਤੇ ਓਮ ਜੀ ਸਟਾਰ ਸਟੂਡੀਓ ਇਸ ਫਿਲਮ ਨੂੰ ਵਰਲਡਵਾਈਡ ਸਿਨੇਮਾਵਾਂ ਤੱਕ ਪਹੁੰਚਾਉਣਗੇ ਅਤੇ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਸ਼ਿਤਿਜ ਚੌਧਰੀ ਅਤੇ ਫਿਲਮ ਦੇ ਪ੍ਰੋਡਿਊਸਰ ਨੇ ਹਰਸਿਮਰਨ ਕਾਲਰਾ। ਫਿਲਮ ਦਾ ਟਾਈਟਲ ਹੀ ਇੰਟਰਸਟਿੰਗ ਹੈ ਤਾਂ ਫਿਲਮ ਤਾਂ ਮਨੋਰੰਜਨ ਭਰਪੂਰ ਹੋਵੇਗੀ ਹੀ। ਖਾਓ ਪੀਓ ਐਸ਼ ਕਰੋ 1 ਜੁਲਾਈ 2022 ਨੂੰ ਦੇਸ਼ ਦੁਨੀਆ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਬਾਲੀਵੁੱਡ ਜਗਤ ਦੀਆਂ ਨਵੀਆਂ ਨਵੇਂਕਲੀਆਂ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਚਸਕਾ ਟੀਵੀ 'ਤੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ।